ਗਿਆ ਹੈ ਕਿ ਫਕੀਰੋਂ ਕੀ ਸੋਹਬਤ ਮੇਂ ਹੋਤੀ ਰਹਿਮਤੋਂ ਕੀ ਬਰਸਾਤ ਹਮਨੇ ਦੇਖੀ ਹੈ। ਸਮਝਣਾ ਜ਼ਰਾ ਸਾਰਿਆਂ ਨੇ, ਫਕੀਰਾਂ ਦੀ ਸੋਹਬਤ, ਯਾਨੀ ਜਿੱਥੇ ਵੀ ਰੱਬ ਦੇ ਪਿਆਰੇ ਫਕੀਰ ਬੈਠੇ ਹੁੰਦੇ ਆ ਨਾ, ਕਹਿੰਦੇ ਉਹ ਜਦੋਂ ਬੈਠਦੇ ਹੈ ਤਾਂ ਫਿਰ ਉਹ ਇਸੇ ਤਰ੍ਹਾਂ ਜਿੱਦਾਂ ਬਾਦਲ ਆਉਂਦੇ ਤਾਂ ਬਰਸਾਤ ਹੁੰਦੀ ਹੈ ਨਾ, ਤਾਂ ਧਰਤੀ ਹਰੀ ਭਰੀ ਹੋ ਜਾਂਦੀ ਹੈ, ਧਰਤੀ ਦੀ ਗਰਮੀ ਮਿਟ ਜਾਂਦੀ ਹੈ ਔਰ ਠੰਡਕ ਆ ਜਾਂਦੀ ਹੈ। ਇਸੇ ਤਰ੍ਹਾਂ ਦੱਸਦੇ ਆ ਕਿ ਅਗਰ ਤੇਰੇ ਜੀਵਨ 'ਚ ਵੀ ਦੁੱਖਾਂ ਦੀ ਤਪਿਸ਼ ਹੈ, ਦੁੱਖਾਂ ਦੀ ਗਰਮੀ ਹੈ, ਤਾਂ ਫਿਰ ਭਾਈ ਉੱਥੇ ਚਲਾ ਜਾ ਜਿੱਥੇ ਰਹਿਮਤਾਂ ਦੀ ਬਰਸਾਤ ਹੋ ਰਹੀ ਹੈ। ਕਿਉਂਕਿ ਅਗਰ ਜੀਵਨ ਦੇ ਵਿੱਚ ਤੈਨੂੰ ਠੰਡਕ ਚਾਹੀਦੀ ਹੈ, ਯਾਨੀ ਖੁਸ਼ੀਆਂ ਦੀ ਠੰਡਕ ਚਾਹੀਦੀ ਹੈ, ਮੁਸਕਰਾਹਟ ਚਾਹੀਦੀ ਹੈ, ਆਨੰਦ ਚਾਹੀਦਾ ਹੈ, ਸੁੱਖ ਚਾਹੀਦਾ ਹੈ, ਕਿਉਂਕਿ ਕਈ ਵਾਰ ਦੇਖੋ ਬੰਦਾ ਕਹਿੰਦਾ ਨਾ ਕਿ ਮੇਰਾ ਮਨ ਠੰਡਾ ਹੋ ਗਿਆ ਉਹਨੂੰ ਮਿਲ ਕੇ। ਠੰਡਕ ਦਾ ਮਤਲਬ ਹੀ ਹੁੰਦਾ ਹੈ ਖੁਸ਼ੀ, ਠੰਡਕ ਦਾ ਮਤਲਬ ਹੀ ਹੁੰਦਾ ਜਦੋਂ ਅੰਦਰ ਇੱਕ ਸਕੂਨ ਹੋਵੇ। ਤਾਂ ਦੱਸਿਆ ਹੈ ਕਿ ਅਗਰ ਤੇਰੇ ਅੰਦਰ ਸਕੂਨ ਨਹੀਂ ਹੈ, ਅਗਰ ਤੇਰੇ ਅੰਦਰ ਸ਼ਾਂਤੀ ਨਹੀਂ ਹੈ, ਅਗਰ ਤੇਰੇ ਅੰਦਰ ਨਾ ਇਹ ਦੁੱਖਾਂ ਦੀ ਅੱਗ, ਜਿੱਦਾਂ ਬਾਬਾ ਫਰੀਦ ਨੇ ਕਿਹਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ। ਉਹਨਾਂ ਨੇ ਦੁੱਖਾਂ ਨੂੰ ਇੱਕ ਅੱਗ ਦੀ ਉਪਮਾ ਦਿੱਤੀ ਹੈ, ਯਾਨੀ ਅੱਗ ਦੀ ਮਿਸਾਲ ਕਿਹਾ ਕਿ ਜਿੱਦਾਂ ਇੱਕ ਅੱਗ ਦੇ ਵਿੱਚ ਗਰਮੀ ਹੁੰਦੀ ਹੈ ਨਾ, ਤਾਂ ਇਸੇ ਤਰ੍ਹਾਂ ਜਿੱਦਾਂ ਅੱਗ ਸਾੜਦੀ ਹੈ, ਉਹ ਕਹਿੰਦੇ ਦੁੱਖ ਵੀ ਉਹ ਅਗਨੀ ਦੀ ਤਰ੍ਹਾਂ ਹੈ ਜੋ ਅੰਦਰੋਂ ਅੰਦਰ ਇਨਸਾਨ ਨੂੰ ਸਾੜਦੇ ਚਲੇ ਜਾਂਦੇ ਹੈ। ਉਹ ਪਰੇਸ਼ਾਨੀਆਂ, ਉਹ ਚਿੰਤਾਵਾਂ ਵੀ ਐਸੀਆਂ ਹੁੰਦੀਆਂ ਹੈ। ਤਾਂ ਹੀ ਤਾਂ ਕਈ ਵਾਰ ਦੱਸਿਆ ਕਿ ਚਿੰਤਾ ਨੂੰ ਚਿਤਾ ਦਾ ਰੂਪ ਵੀ ਕਿਹਾ ਗਿਆ ਹੈ ਕਿ ਜਿੰਨੀ ਇਨਸਾਨ ਚਿੰਤਾ ਕਰਦਾ ਉਨੀ ਜਲਦੀ ਚਿਤਾ ਤੱਕ ਵੀ। ਸੋ ਇਹ ਮਿਸਾਲਾਂ ਕਿਉਂ ਦਿੱਤੀਆਂ ਪੀਰਾਂ ਫਕੀਰਾਂ ਗੁਰੂਆਂ ਰਹਿਬਰਾਂ ਨੇ? ਉਹ ਕਹਿੰਦੇ ਬਾਹਰਲੀ ਅੱਗ ਹੀ ਨਹੀਂ, ਇੱਕ ਚਿੰਤਾ ਦੀ ਅੱਗ ਵੀ ਹੁੰਦੀ ਹੈ, ਇੱਕ ਦੁੱਖਾਂ ਦੀ ਅੱਗ ਵੀ ਹੁੰਦੀ ਹੈ ਜੋ ਦਿਨ ਰਾਤ ਇਨਸਾਨ ਨੂੰ। ਪਰ ਕਹਿੰਦੇ ਹੁਣ ਬਾਹਰਲੀ ਅੱਗ ਫਰਜ਼ ਕਰੋ, ਬੰਦਾ ਬੈਠਾ ਹੈ ਅੱਗ ਦੇ ਕੋਲ, ਉਹਨੂੰ ਗਰਮੀ ਲੱਗਦੀ ਹੈ ਤਾਂ ਬੰਦਾ ਪਿੱਛੇ ਹੋ ਸਕਦਾ ਹੈ, ਬੰਦਾ ਦੂਰ ਜਾ ਸਕਦਾ ਹੈ ਕਿ ਇੱਥੇ ਮੈਨੂੰ ਗਰਮੀ ਲੱਗ ਰਹੀ, ਮੈਂ ਥੋੜ੍ਹਾ ਪਿੱਛੇ ਹੋ ਜਾਵਾਂ। ਪਰ ਜਦੋਂ ਦੁੱਖਾਂ ਦੀ ਅੱਗ ਅੰਦਰ ਹੋਵੇ ਤਾਂ ਫਿਰ ਬੰਦਾ ਕਿੱਥੇ ਜਾਵੇ? ਫਿਰ ਤਾਂ ਬੰਦਾ ਜਿੱਥੇ ਜਾਏਗਾ ਉਹ ਅੱਗ, ਯਾਨੀ ਉਹ ਦੁੱਖ, ਉਹ ਟੈਨਸ਼ਨ, ਉਹ ਚਿੰਤਾ, ਪਰੇਸ਼ਾਨੀ ਉਹਦੇ ਅੰਦਰ ਹੀ ਹੈ। ਫਿਰ ਇੱਥੇ ਦੱਸਿਆ ਹੈ ਕਿ ਬਾਹਰਲੀ ਅੱਗ ਤੋਂ ਤਾਂ ਤੂੰ ਹਟ ਕੇ ਜਾਂ ਪਿੱਛੇ ਹੋ ਕੇ ਬਚ ਸਕਦਾ ਹੈ, ਪਰ ਜੇ ਤੇਰੇ ਅੰਦਰ ਦੁੱਖਾਂ ਪਰੇਸ਼ਾਨੀਆਂ ਦੀ ਅੱਗ ਹੈ, ਚਿੰਤਾਵਾਂ ਦੀ ਅਗਨੀ ਜਲ ਰਹੀ ਹੈ, ਤਾਂ ਫਿਰ ਪਿਆਰਿਆ ਤੈਨੂੰ ਫਕੀਰਾਂ ਦੀ ਸੋਹਬਤ ਵਿੱਚ ਜਾਣਾ ਚਾਹੀਦਾ ਹੈ, ਸਤਸੰਗ ਵਿੱਚ ਜਾਣਾ ਚਾਹੀਦਾ ਹੈ, ਫਕੀਰਾਂ ਦੀ ਸੋਹਬਤ ਕਰਨੀ ਚਾਹੀਦੀ ਹੈ। ਕਿਉਂਕਿ ਫਕੀਰਾਂ ਦੀ ਸੋਹਬਤ ਵਿੱਚ ਕਿਹੜੀ ਬਰਸਾਤ ਹੁੰਦੀ ਹੈ? ਆਹੀ ਦੱਸਿਆ ਕਿ ਫਕੀਰੋਂ ਕੀ ਸੋਹਬਤ ਮੇਂ ਹੋਤੀ ਰਹਿਮਤੋਂ ਕੀ ਬਰਸਾਤ ਹਮਨੇ ਦੇਖੀ ਹੈ। ਜਿੱਦਾਂ ਹਜ਼ੂਰ ਮੁਹੰਮਦ ਸਾਹਿਬ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਯਾਦ ਆ ਗਈ। ਇੱਕ ਦਿਨ ਹਜ਼ੂਰ ਸਾਰਾ ਦਿਨ ਬਾਹਰ ਆਪਣੇ ਪਿਆਰਿਆਂ ਨੂੰ ਸਮਝਾ ਕੇ ਜਦੋਂ ਸ਼ਾਮ ਨੂੰ ਨਾ ਦੁਪਹਿਰ ਤੋਂ ਬਾਅਦ ਘਰ ਆ ਰਹੇ ਹੈ, ਜਦੋਂ ਘਰ ਆਏ ਤਾਂ ਉਹਨਾਂ ਦੀ ਪਤਨੀ ਯਾਨੀ ਬੀਵੀ ਹਜ਼ਰਤ ਆਇਸ਼ਾ, ਹਜ਼ਰਤ ਜ਼ਰਾ ਗੌਰ ਕਰਨਾ ਆਇਸ਼ਾ, ਉਹਨਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੇ ਹਜ਼ੂਰ ਨੂੰ ਪੁੱਛਿਆ ਕਿ ਹਜ਼ੂਰ ਇੰਨੀ ਬਰਸਾਤ ਹੋ ਰਹੀ ਹੈ, ਤੁਸੀਂ ਸੁੱਕੇ ਕਿੱਦਾਂ ਹੋ? ਦੇਖੋ ਕਿੰਨੀ ਬਰਸਾਤ ਪੈ ਰਹੀ ਹੈ ਔਰ ਤੁਹਾਡੇ ਜਿਸਮ 'ਤੇ ਇੱਕ ਵੀ ਬੂੰਦ ਨਹੀਂ ਹੈ ਪਾਣੀ ਦੀ, ਇਹ ਕਿਸ ਤਰ੍ਹਾਂ? ਤਾਂ ਹਜ਼ਰਤ ਆਇਸ਼ਾ ਨੂੰ ਹਜ਼ੂਰ ਨੇ ਮੁਸਕਰਾ ਕੇ ਕਿਹਾ ਆਇਸ਼ਾ ਤੂੰ ਆਪਣੇ ਓਢਣੀ ਕਿਹੜੀ ਲਈ ਹੋਈ ਹੈ, ਯਾਨੀ ਇਹ ਚਾਦਰ ਕਿਹੜੀ ਲਈ ਹੋਈ ਹੈ ਪਤਾ ਤੈਨੂੰ? ਕਹਿੰਦੀ ਹਜ਼ੂਰ ਆਪ ਦੀ ਕੰਬਲੀ ਹੈ। ਉਹਨਾਂ ਨੇ ਕਿਹਾ ਆਪ ਦੀ? ਹੁਣ ਕੰਬਲੀ ਪਈ ਸੀ ਹਜ਼ੂਰ ਦੀ, ਉਹਨਾਂ ਨੇ ਉਹੀ ਜਿੱਦਾਂ ਬੰਦਾ ਚਾਦਰ ਓੜ ਲੈਂਦਾ ਨਾ, ਦੁਪੱਟਾ ਓੜ ਲੈਂਦਾ ਹੈ, ਉਹਨਾਂ ਨੇ ਉਹੀ ਸਿਰ 'ਤੇ ਲੈ ਕੇ ਬੁੱਕਲ ਮਾਰ ਲਈ। ਹਜ਼ੂਰ ਨੇ ਪੁੱਛਿਆ ਜਦੋਂ ਉਹਨਾਂ ਨੇ ਕਿਹਾ ਕਿ ਇੰਨੀ ਬਰਸਾਤ ਹੋ ਰਹੀ ਹੈ, ਹਜ਼ੂਰ ਤੁਸੀਂ ਸੁੱਕੇ ਕਿੱਦਾਂ ਹੋ? ਇੱਕ ਵੀ ਬੂੰਦ ਤੁਹਾਡੇ ਜਿਸਮ 'ਤੇ ਨਹੀਂ, ਤੁਹਾਡੇ ਕੱਪੜੇ ਕਿੱਦਾਂ ਸੁੱਕੇ ਹੈ? ਤਾਂ ਹਜ਼ੂਰ ਨੇ ਮੁਸਕਰਾ ਕੇ ਕਿਹਾ ਆਇਸ਼ਾ ਤੂੰ ਚਾਦਰ ਕਿਹੜੀ ਲਈ ਹੋਈ ਹੈ ਪਤਾ? ਕਹਿੰਦੀ ਹਜ਼ੂਰ ਤੁਹਾਡੀ ਕਾਲੀ ਕੰਬਲੀ ਹੈ। ਹਜ਼ੂਰ ਕਹਿੰਦੇ ਬਸ ਇਹ ਸਾਡੀ ਕੰਬਲੀ ਤੇਰੇ ਸਿਰ 'ਤੇ ਹੈ ਨਾ,
ਤਾਂ ਹੀ ਤੈਨੂੰ ਨਜ਼ਰ ਆ ਰਿਹਾ ਜਿਹੜੀ ਬਰਸਾਤ ਹੈ ਪਾਣੀ ਦੀ ਨਹੀਂ ਹੈ, ਇਹ ਰੱਬ ਦੀਆਂ ਰਹਿਮਤਾਂ ਦੀ ਹੈ ਜੋ ਹਰ ਵੇਲੇ ਮੇਰੇ ਤੇ ਹੁੰਦੀ ਹੈ। ਕੰਬਲੀ ਉਤਾਰ, ਫਿਰ ਦੇਖੇ ਜਦੋਂ ਕਹਿੰਦੇ ਕੰਬਲੀ ਹਟਾਈ ਤਾਂ ਸਾਰਾ ਸੁੱਕਾ, ਬਰਸਾਤ ਤੱਕ ਤਾਂ ਹੈ ਨਹੀਂ। ਉਹ ਕਹਿੰਦੇ ਮੇਰੀ ਕੰਬਲੀ ਤੇਰੇ ਸਿਰ 'ਤੇ ਆਈ ਤਾਂ ਤੈਨੂੰ ਉਹ ਅੱਖ ਮਿਲੀ ਜਿਹਦੇ ਨਾਲ ਜਿਹੜੀ ਰੱਬ ਦੀ ਰਹਿਮਤ ਹਰ ਵੇਲੇ ਮੇਰੇ 'ਤੇ ਵਰਸ ਰਹੀ ਹੈ ਨਾ, ਉਹ ਤੈਨੂੰ ਨਜ਼ਰ ਆ ਰਹੀ ਹੈ। ਇਹ ਪਾਣੀ ਦੀ ਬਰਸਾਤ ਨਹੀਂ ਹੈ, ਇਹ ਰੱਬ ਦੀਆਂ ਰਹਿਮਤਾਂ ਦੀ ਬਰਸਾਤ ਹੈ। ਔਰ ਜਿੱਥੇ ਵੀ ਮੈਂ ਜਾਂਦਾ ਹਾਂ, ਜਿੱਥੇ ਵੀ ਫਕੀਰ ਜਾਂਦੇ ਹੈ, ਰੱਬ ਦੀਆਂ ਰਹਿਮਤਾਂ ਦੀ ਬਰਸਾਤ ਉਹਨਾਂ ਦੇ, ਜਿੱਦਾਂ ਬੰਦਾ ਕਹਿੰਦਾ ਨਾ ਕਾਲੇ ਬਾਦਲ ਜਾ ਰਹੇ ਹੈ, ਇਹ ਬੱਦਲ ਜਿੱਧਰ ਜਾਣੇ ਆ ਬਰਸਾਤ ਵੀ। ਔਰ ਕਈ ਵਾਰ ਤੁਸੀਂ, ਕਿਉਂਕਿ ਅਸੀਂ ਤਾਂ ਬਹੁਤ ਵਾਰ ਦੇਖਿਆ ਮੰਜ਼ਰ ਕਿ ਕਈ ਵਾਰ ਇੱਥੇ ਧੁੱਪ ਹੁੰਦੀ ਤਾਂ ਸਾਹਮਣੇ ਮੀਂਹ ਪੈਂਦਾ ਹੁੰਦਾ ਹੈ, ਤੁਸੀਂ ਦੇਖਿਆ ਕਦੀ? ਅੱਛਾ ਕਿਹਨਾਂ ਕਹਿੰਦਾ ਦੇਖਿਆ, ਹੱਥ ਖੜਾ ਕਰਕੇ ਦੱਸਿਓ ਸਾਨੂੰ ਕਿ ਇੱਥੇ ਬਰਸਾਤ ਔਰ ਉੱਥੇ ਧੁੱਪ, ਕਿਉਂਕਿ ਇੰਨੀ ਕੁ ਬੱਦਲੀ ਦਾ ਟੁਕੜਾ ਹੁੰਦਾ ਹੈ, ਉਹ ਜਿੱਧਰ ਬੱਦਲੀ ਦਾ ਟੁਕੜਾ ਜਾਂਦਾ ਹੈ ਉੱਥੇ ਉੱਥੇ ਮੀਂਹ ਪੈਂਦਾ ਹੈ, ਤਾਂ ਜਿੱਥੇ ਉਹ ਬੱਦਲੀ ਦਾ ਟੁਕੜਾ ਨਹੀਂ ਉੱਥੇ ਧੁੱਪ ਹੈ ਜਾਂ ਉੱਥੇ ਸੁੱਕਾ ਹੀ ਹੈ, ਉੱਥੇ ਬਰਸਾਤ ਨਹੀਂ ਹੋ ਰਹੀ। ਬਸ ਇਸੇ ਤਰ੍ਹਾਂ ਸਮਝ ਲਓ ਕਿ ਜਿੱਦਾਂ ਉਹ ਬੱਦਲ ਦਾ ਟੁਕੜਾ, ਉਹ ਜਿੱਥੇ ਜਾਏਗਾ ਉੱਥੇ ਬਰਸਾਤ ਹੋਣੀ ਹੈ, ਤਾਂ ਜਿੱਥੇ ਨਹੀਂ ਹੈ ਉੱਥੇ ਸੁੱਕਾ। ਬਸ ਫਕੀਰ ਵੀ ਉਹ ਰੱਬ ਦੇ ਪਿਆਰੇ ਵੀ, ਕਿਉਂਕਿ ਉਹ ਆਪਣੇ ਮਾਲਕ ਦੀ ਇੰਨੀ ਬੰਦਗੀ ਕਰਦੇ ਹੈ, ਇੰਨਾ ਉਹਨੂੰ ਯਾਦ ਕਰਦੇ ਹੈ। ਔਰ ਇਹ ਗੱਲ ਯਾਦ ਰੱਖਣਾ ਕਿ ਇਹ ਗੱਲ ਜਿਹੜੀ ਹੈ ਨਾ, ਇਹ ਹਰ ਗੁਰੂ ਰਹਿਬਰ ਪੀਰ ਫਕੀਰ ਨੇ ਦੱਸੀ ਹੈ ਕਿ ਜਿੱਥੇ ਪ੍ਰਭੂ ਦੀ ਬੰਦਗੀ ਹੁੰਦੀ ਹੈ, ਜਿੱਥੇ ਉਹਦਾ ਸਿਮਰਨ ਹੁੰਦਾ ਹੈ, ਜਿੱਥੇ ਉਹਦੀ ਮੁਹੱਬਤ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ, ਉੱਥੇ ਰੱਬ ਦੀ ਰਹਿਮਤ ਹੁੰਦੀ ਹੈ। ਹੁਣ ਜੇ ਤੁਸੀਂ ਉਹਨੂੰ ਯਾਦ ਕਰਦੇ ਹੋਏ ਪ੍ਰੇਮ ਦੇ ਨਾਲ, ਵਿਸ਼ਵਾਸ ਨਾਲ ਕਿਤੇ ਵੀ ਜਾਂਦੇ ਹੋ ਨਾ, ਤਾਂ ਸਿਰਫ ਤੁਸੀਂ ਨਹੀਂ ਜਾਂਦੇ, ਉਹਦੀ ਰਹਿਮਤ ਵੀ ਤੁਹਾਡੇ। ਪਰ ਹਾਂ, ਇਹ ਗੱਲ ਹੋਰ ਹੈ ਕਿ ਬੰਦੇ ਨੂੰ ਨਜ਼ਰ ਨਹੀਂ ਆਉਂਦੀ, ਸਮਝਦੇ ਹੋ ਕਿ ਨਹੀਂ? ਕਿਉਂਕਿ ਜਿੱਦਾਂ ਹਜ਼ਰਤ ਆਇਸ਼ਾ ਨੂੰ ਕਿਹਾ ਹਜ਼ੂਰ ਨੇ, ਆ ਕੰਬਲੀ ਹਟਾ ਫਿਰ ਦੇਖ, ਜਦੋਂ ਕੰਬਲੀ ਹਟਾਈ ਤਾਂ ਫਿਰ ਦੇਖਿਆ ਸੁੱਕਾ, ਯਾਨੀ ਕੋਈ ਬਰਸਾਤ ਨਹੀਂ ਹੈ। ਦੁਬਾਰਾ ਲਈ ਤਾਂ ਫਿਰ ਬਰਸਾਤ ਨਜ਼ਰ ਆ ਰਹੀ ਹੈ। ਹਜ਼ੂਰ ਕਹਿੰਦੇ ਪਾਣੀ ਦੀ ਬਰਸਾਤ ਨਹੀਂ ਹੈ, ਇਹ ਰੱਬ ਦੀਆਂ ਰਹਿਮਤਾਂ ਦੀ ਬਰਸਾਤ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ ਉਹਦੀ ਰਹਿਮਤ ਦੀ ਬਰਸਾਤ ਹੁੰਦੀ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਅਗਰ ਜੀਵਨ ਦੇ ਵਿੱਚ ਸਾਨੂੰ ਵੀ ਨਾ ਉਹ ਠੰਡਕ ਚਾਹੀਦੀ ਹੈ, ਉਹ ਰਹਿਮਤ ਦੀ ਬਰਸਾਤ ਚਾਹੀਦੀ ਹੈ, ਤਾਂ ਯਾਦ ਰੱਖੋ ਕਿ ਜਿੱਥੇ ਫਕੀਰ ਹੈ ਉੱਥੇ ਰਹਿਮਤਾਂ ਵਰਸਦੀਆਂ ਹੈ, ਤਾਂ ਜਿਹੜਾ ਉਹਨਾਂ ਦੇ ਕੋਲ ਚਲਾ ਜਾਂਦਾ ਉਹ ਵੀ ਉਹ ਰਹਿਮਤਾਂ ਦੀ ਬਰਸਾਤ ਨਾਲ ਭਿੱਜ ਜਾਂਦਾ ਹੈ, ਯਾਨੀ ਉਹਨੂੰ ਵੀ ਉਹ ਰਹਿਮਤਾਂ ਮਿਲ ਜਾਂਦੀਆਂ ਹੈ। ਇਹ ਸਮਝਣਾ ਜ਼ਰਾ। ਜਿੱਦਾਂ ਮੇਹਰ ਅਲੀ ਸ਼ਾਹ ਇੱਕ ਫਕੀਰ ਹੋਏ ਹੈ, ਇੱਕ ਦਿਨ ਆਪਣੀ ਸਟੇਜ 'ਤੇ ਬੈਠੇ ਸਮਝਾ ਰਹੇ ਸੀ, ਤਾਂ ਉੱਥੇ ਵੀ ਸਮਝਾ ਰਹੇ ਸੀ ਕਿ ਫਕੀਰਾਂ ਦੇ ਕੋਲ ਆਉਣ ਨਾਲ ਰੱਬ ਦੀ ਰਹਿਮਤ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਇੱਕ ਆਦਮੀ ਪਿੱਛੋਂ ਉੱਠਿਆ ਔਰ ਕਹਿਣ ਲੱਗਾ, ਹੇ ਮੇਹਰ ਅਲੀ, ਯਾਨੀ ਹੇ ਫਕੀਰ, ਕਿ ਫਕੀਰਾਂ ਦੇ ਕੋਲ ਜਾਣ ਨਾਲ ਰੱਬ ਦੀ ਰਹਿਮਤ ਆਸਾਨੀ ਨਾਲ ਕਿੱਦਾਂ ਮਿਲਦੀ ਹੈ? ਤਾਂ ਮੇਹਰ ਅਲੀ ਕਹਿੰਦੇ ਇੱਧਰ ਆ। ਹੁਣ ਕਹਿੰਦੇ ਉਸ ਵੇਲੇ ਨਾ ਸੇਵਾਦਾਰ ਖੜ੍ਹੇ ਸੀ, ਪੱਖਾ ਚੱਲ ਰਹੇ ਸੀ, ਬੜੇ ਪੱਖੇ ਹੁੰਦੇ ਆ ਨਾ, ਇੱਕ ਤਾਂ ਛੋਟੀ ਪੱਖੀ ਹੁੰਦੀ, ਇੱਕ ਥੋੜ੍ਹੇ ਬੜੇ ਪੱਖੇ ਹੁੰਦੇ, ਇਹਨੂੰ ਸੇਵਾਦਾਰ ਇੱਦਾਂ ਫੜ ਕੇ ਚੱਲਦੇ ਆ। ਹੁਣ ਉਹ ਸੇਵਾਦਾਰ ਦੋ ਸੀ, ਮੇਹਰ ਅਲੀ ਸ਼ਾਹ ਆਪਣੇ ਆਸਣ 'ਤੇ ਬੈਠੇ ਔਰ ਪੰਡਾਲ ਲੱਗਾ ਹੋਇਆ, ਦੋ ਸੇਵਾਦਾਰ ਦਾਏ ਬਾਏ ਪੱਖਾ ਚੱਲ ਰਹੇ ਹੈ। ਉਹ ਕਹਿੰਦੇ ਇੱਧਰ ਆ। ਜਦੋਂ ਆਇਆ ਨੇੜੇ, ਕਹਿੰਦੇ ਹੋਰ ਨੇੜੇ ਆ ਜਾ, ਹੋਰ ਨੇੜੇ ਆ ਗਿਆ, ਕਹਿੰਦੇ ਕੋਲ ਖੜ੍ਹ ਜਾ, ਆ ਕੇ ਸਾਡੇ ਕੋਲ ਆ ਕੇ ਖੜ੍ਹ ਗਿਆ। ਤਾਂ ਮੇਹਰ ਅਲੀ ਸ਼ਾਹ ਕਹਿੰਦੇ, ਕਿੱਦਾਂ ਹਵਾ ਲੱਗ ਰਹੀ ਹੈ ਪੱਖਿਆਂ ਦੀ, ਪੱਖੇ ਦੀ ਹਵਾ ਲੱਗ ਰਹੀ ਹੈ? ਕਹਿੰਦਾ ਹਾਂਜੀ ਹਜ਼ੂਰ, ਲੱਗ ਰਹੀ ਹੈ। ਕਹਿੰਦੇ ਜਦੋਂ ਪਿੱਛੇ ਬੈਠਾ ਸੀ ਉਦੋਂ ਲੱਗ ਰਹੀ ਸੀ? ਕਹਿੰਦਾ ਜੀ ਨਹੀਂ, ਪਿੱਛੇ ਬੈਠਾ ਸੀ ਨਹੀਂ ਲੱਗ ਰਹੀ ਸੀ, ਹੁਣ ਲੱਗ ਰਹੀ ਹੈ। ਤਾਂ ਮੇਹਰ ਅਲੀ ਸ਼ਾਹ ਕਹਿੰਦੇ ਹੁਣ ਕਿਉਂ ਲੱਗ ਰਹੀ ਹੈ? ਕਹਿੰਦਾ ਜੀ ਹੁਣ ਮੈਂ ਤੁਹਾਡੇ ਕੋਲ ਆ ਗਿਆ ਔਰ ਸੇਵਾਦਾਰ ਪੱਖਾ ਚੱਲ ਰਿਹਾ ਤਾਂ ਲੱਗ ਰਹੀ ਹੈ। ਮੇਹਰ ਅਲੀ ਸ਼ਾਹ ਕਹਿੰਦੇ ਬਸ ਇੱਦਾਂ ਹੀ, ਇਸ ਗੱਲ ਯਾਦ ਰੱਖ, ਫਕੀਰਾਂ ਤੋਂ ਦੂਰ ਸੀ, ਪੱਖਾ ਚੱਲ ਰਿਹਾ ਹੈ, ਪਰ ਹਵਾ ਉੱਥੇ ਤੱਕ
ਨਹੀਂ ਪਹੁੰਚ ਰਹੀ ਸੀ, ਹਵਾ ਨਹੀਂ ਤੈਨੂੰ ਮਿਲ ਰਹੀ ਸੀ, ਪਰ ਜਿੱਦਾਂ ਹੀ ਤੂੰ ਫਕੀਰਾਂ ਦੇ ਕੋਲ ਆਇਆ ਤਾਂ ਦੇਖ ਲੈ ਆਹ ਦੋ ਸੇਵਾਦਾਰ ਨਾ ਜੋ ਹਵਾ ਚੱਲ ਰਹੀ ਹੈ, ਇਹ ਹਵਾ ਸਾਡੇ ਨਾਲ ਨਾਲ ਤੈਨੂੰ ਵੀ ਮਿਲ ਰਹੀ ਹੈ। ਉਹ ਜਦੋਂ ਇਹ ਸੇਵਾਦਾਰ ਪੱਖਾ ਚੱਲਦੇ ਹੈ ਤੈਨੂੰ ਹਵਾ ਮਿਲ ਰਹੀ ਹੈ, ਫਕੀਰਾਂ ਦੇ ਕੋਲ ਆ ਕੇ ਯਾਨੀ ਮੇਰੇ ਕੋਲ ਆ ਕੇ, ਤਾਂ ਯਾਦ ਰੱਖ ਫਕੀਰਾਂ ਦੇ ਕੋਲ ਆ ਕੇ ਇਸੇ ਤਰ੍ਹਾਂ ਰੱਬ ਦੀਆਂ ਰਹਿਮਤਾਂ ਵੀ ਇਨਸਾਨ ਨੂੰ ਮਿਲਦੀਆਂ, ਕਿਉਂਕਿ ਜਿੱਥੇ ਫਕੀਰ ਹੈ ਇਹ ਪੱਖਾ ਚੱਲਦਾ ਤਾਂ ਰੱਬ ਰਹਿਮਤਾਂ ਘੱਲਦਾ, ਜਿੱਥੇ ਉਹ ਰਹਿਮਤ ਘੱਲਦਾ ਹੈ ਜਿਹਨਾਂ ਵਾਸਤੇ ਹੁੰਦੀ ਹੈ ਨਾ, ਜਦੋਂ ਉਹਨਾਂ ਦੀ ਸੋਬਤ ਹੁੰਦੀ ਹੈ ਤਾਂ ਸਾਨੂੰ ਵੀ ਬੜੀ ਆਸਾਨੀ ਨਾਲ ਰਹਿਮਤ, ਇਸ ਲਈ ਕਹਿੰਦੇ ਦੂਰ ਰਵਾਂਗੇ ਤਾਂ ਫਿਰ, ਹੁਣ ਫਰਜ਼ ਕਰੋ ਬੰਦਾ ਕਹਿੰਦਾ ਦੂਰ ਹੈ ਤਾਂ ਫਿਰ ਮੈਨੂੰ ਪੱਖੇ ਦਾ ਇੰਤਜ਼ਾਮ ਕਰਨਾ ਪੈਣਾ ਹੈ, ਪਰ ਜਿੱਥੇ ਆਲਰੇਡੀ ਪੱਖਾ ਚੱਲ ਹੀ ਰਿਹਾ ਹੈ ਉੱਥੇ ਨੇੜੇ ਚਲੇ ਜਾਵਾਂਗੇ ਤਾਂ ਫਿਰ ਹਵਾ ਬੜੀ ਆਸਾਨੀ ਨਾਲ ਕਹਿ ਦਿਓ ਹੁਣ ਆ ਜਾਏਗੀ। ਇਸੇ ਤਰ੍ਹਾਂ ਇਹੀ ਗੱਲ ਹਜ਼ਰਤ ਮੇਹਰ ਅਲੀ ਸ਼ਾਹ ਨੂੰ ਦੱਸ ਰਹੇ ਹੈ ਕਿ ਜਿੰਨਾ ਫਕੀਰਾਂ ਦੇ ਨੇੜੇ ਰਹਿੰਦੇ ਹਾਂ, ਕਿਉਂਕਿ ਫਕੀਰਾਂ 'ਤੇ ਰੱਬ ਦੀ ਰਹਿਮਤ ਹਮੇਸ਼ਾ ਉਤਰਦੀ ਹੈ, ਕਿਉਂਕਿ ਅੰਦਰੋਂ ਜਿੱਦਾਂ ਕਹਿੰਦੇ ਨਾ ਹੱਥ ਕਾਰ ਵੱਲ ਅਤੇ ਮਨ, ਹੁਣ ਸਰੀਰ ਸਾਡਾ ਤੁਹਾਡੇ ਨਾਲ ਗੱਲ ਕਰ ਰਿਹਾ ਪਰ ਅੰਦਰ ਇੱਕ ਤਾਰ ਹਰ ਵੇਲੇ ਉੱਧਰ ਜੁੜੀ ਹੋਈ ਹੈ, ਉਹ ਤਾਰ ਜੁੜੀ ਹੋਈ ਹੈ ਤਾਂ ਫਿਰ ਕਹਾਂਗੇ ਇਹ ਤਾਰ ਜੁੜੀ ਹੋਈ ਹੈ ਤਾਂ ਹੀ ਇਹ ਬੋਲ ਤੁਹਾਡੇ ਤੱਕ ਪਹੁੰਚ ਰਹੇ ਹੈ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटिया शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।